ਬਟਾਲਾ 'ਚ 160 ਐਂਬੂਲੈਂਸਾਂ ਨੂੰ ਚਲਾਉਣ ਵਾਲੇ ਵਰਕਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ। ਐਂਬੂਲੈਂਸ ਵਰਕਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਡਿਊਟੀ 8 ਘੰਟਿਆਂ ਦੀ ਕੀਤੀ ਜਾਏ, ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕੰਪਨੀ ਨਜਾਇਜ਼ ਹੀ ਉਹਨਾਂ ਦੀਆਂ ਬਦਲੀਆਂ ਕਰਦੀ ਰਹਿੰਦੀ ਹੈ। ਉਹਨਾਂ ਦੇ ਵੱਲੋਂ 108 ਐਂਬੂਲੈਂਸ ਨੂੰ ਰੋਕ ਕੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਸਾਡੀਆਂ ਮੰਗਾਂ ਹੈਗੀਆਂ ਕਿ ਸਾਡੇ ਕੋਲੋਂ 12 ਘੰਟੇ ਡਿਊਟੀ ਲਿੱਤੀ ਜਾ ਰਹੀ ਆ, ਵੀ ਸਾਡੀਆਂ ਮੰਗਾਂ ਇਹ ਆ ਵੀ ਸਾਡੀ 12 ਘੰਟਿਆਂ ਤੋਂ 8 ਘੰਟੇ ਡਿਊਟੀ ਕੀਤੀ ਜਾਵੇ ਅਤੇ ਜਾਂ ਫਿਰ ਸਾਨੂੰ 4 ਘੰਟਿਆਂ ਦਾ ਓਵਰ ਟਾਈਮ ਦਿੱਤਾ ਜਾਵੇ। ਮੈਂ 108 ਐਂਬੂਲੈਂਸ ਦੇ EMT ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ, ਅਤੇ 12 ਘੰਟੇ ਸਾਡੀ ਡਿਊਟੀ ਆ, ਉਹ 8 ਘੰਟੇ ਸਾਡੀ ਡਿਊਟੀ ਕੀਤੀ ਜਾਵੇ ਜਾਂ 4 ਘੰਟਿਆਂ ਦਾ ਓਵਰ ਟਾਈਮ ਦਿੱਤਾ ਜਾਵੇ। ਪਿਛਲੇ 5 ਸਾਲਾਂ ਤੋਂ ਸਾਨੂੰ ਕੋਈ ਇੰਕਰੀਮੈਂਟ ਨਹੀਂ ਦਿੱਤਾ ਜਾ ਰਿਹਾ ਅਤੇ ਨਿੱਕੀ ਨਿੱਕੀ ਗੱਲ 'ਤੇ ਸਾਡੀਆਂ ਬਦਲੀਆਂ ਕੀਤੀਆਂ ਜਾਂਦੀਆਂ ਅਤੇ ਕਈ ਵਾਰ ਮਾੜਾ ਮੋਟਾ ਹਾਦਸਾ ਹੋ ਜਾਵੇ ਜਿਵੇਂ ਸਾਡੇ ਕੋਲੋਂ ਆਪ ਕੋਲੋਂ ਅਤੇ ਉਹਦਾ ਨੁਕਸਾਨ ਗੱਡੀ ਦਾ ਹੋ ਜਾਵੇ, ਉਹ ਪਾਇਲਟਾਂ ਤੋਂ ਭਰਵਾਇਆ ਜਾਂਦਾ। 8-8, 9-9 ਹਜ਼ਾਰ ਸੈਲਰੀਆਂ ਦੇ ਉੱਤੇ ਗੱਡੀਆਂ ਦਾ ਨੁਕਸਾਨ ਵੀ ਜੇ ਸਾਨੂੰ ਪੈਣ ਲੱਗ ਗਿਆ ਤਾਂ ਫਿਰ ਉਹ ਅਸੀਂ ਗਾਂਹ ਕੀ ਕਰਾਂਗੇ। ਅਤੇ ਸਾਡੀਆਂ ਸੈਲਰੀਆਂ ਜਿਹੜੀਆਂ 3-3 ਮਹੀਨਿਆਂ ਤੋਂ ਨਹੀਂ ਆ ਰਹੀਆਂ, ਨਾ ਕੰਟੀਨਿਊ ਆ ਰਹੀਆਂ। ਅਤੇ ਹਾਂਜੀ, ਸਾਰੇ ਪੰਜਾਬ ਦੇ ਵਿੱਚ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ 12 ਘੰਟਿਆਂ ਲਈ ਇਹ ਗੱਡੀਆਂ ਓਫ ਰੋਡ ਆ, ਕੋਈ ਕੇਸ ਨਹੀਂ ਲੈਣਗੀਆਂ, ਲੈਣ ਨਹੀਂ ਲੈਣਗੀਆਂ। ਅਤੇ ਇਹਦੇ ਜ਼ਿੰਮੇਵਾਰ ਜਗੀਤਜਾ ਹੈਲਥ ਕੇਅਰ ਕੰਪਨੀ, ਜਿਹੜੀ ਕਿ ਪੰਜਾਬ ਹੈਲਥ ਸਿਸਟਮ ਨੂੰ ਚਲਾ ਰਹੀ ਆ। ਗੁਰਦਾਸਪੁਰ ਤੋਂ ਰਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।